ਆਪਾਂ ਸਾਰੇ ਨਾਮਧਾਰੀ ਗੈਰ ਨਾਮਧਾਰੀ ਤੇ ਮੋਨੇ ਸਿੱਖ ਦੂਜੇ ਸਿੱਖ ਅਸੀਂ ਸਾਰੇ ਹੀ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਕੇਕ ਕੱਟਦੇ ਹਾਂ ਕਿ ਸਾਧ ਸੰਗਤ ਜੀ ਅੱਜ ਤੋਂ ਸਾਰੇ ਭਾਰਤ ਵਾਸੀ ਇਹ ਪ੍ਰਣ ਕਰੋ ਕਿ ਸਾਡੇ ਜਨਮ ਦਿਨ ਤੇ ਵੱਡੇ ਛੋਟੇ ਦਾ ਕਿਸੇ ਦਾ ਵੀ ਹੈ ਸਾਡੇ ਜਨਮ ਦਿਨ ਤੇ ਕੇਕ ਨਹੀਂ ਕੱਟਿਆ ਜਾਏਗਾ ਕੇਕ ਵਿਦੇਸ਼ੀ ਹੈ ਇਹ ਕਾਹਦੇ ਤੋਂ ਬਣਦਾ ਆਟਾ ਖੰਡ ਕਿਉਂ ਤੇ ਕੀ ਹੋਏਗਾ ਕੱਕਾ ਕੇਕ ਤੇ ਕੱਕਾ ਕਿਹੜਾ ਪਿਛਾ ਉਹ ਕਾਹਤੋਂ ਬਣਦਾ ਆਟਾ ਖੰਡ ਕਿਉਂ ਉਹ ਸਾਡਾ ਹੈ ਕਿਹੜਾ ਪਿਛਾ ਸਾਡਾ ਹੈ ਅਸੀਂ ਉਸ ਦਿਨ ਉਹ ਬਣਾਵਾਂਗੇ ਉਸ ਤੋਂ ਉਪਰੰਤ ਜੇ ਸੱਚੀ ਮੁੱਚੀ ਉਹ ਕੱਟਣ ਦੀ ਇੱਕ ਭੇਡ ਸਾਲ ਆਪਾਂ ਕਰਨੀ ਹੋਵੇ ਤੇ ਫਿਰ ਅਸੀਂ ਕਰਦ ਨਾਲ ਨਹੀਂ ਕੱਟਾਂਗੇ ਫਿਰ ਅਸੀਂ ਕਿਰਪਾਨ ਨਾਲ ਕੱਟਾਂਗੇ ਤੈ ਪ੍ਰਸਾਦ ਭਰਮ ਕਰ ਨਾਲ ਇਹ ਸਾਡੀ ਪਰੰਪਰਾ ਹੈ ਇੱਥੇ ਹਿੰਦੂ ਸਿੱਖ ਦਾ ਕੋਈ ਮਤਭੇਦ ਨਹੀਂ ਹੈਗਾ ਅਤੇ ਇਹ ਸਾਰਾ ਕੁਛ ਪੜ੍ਹ ਕਰਕੇ ਉਸ ਤੋਂ ਉਪਰੰਤ ਆਪਾਂ ਕੀ ਕਰਨਾ ਹੈਗੀ ਬਸ ਨੇ ਬੇਸੁਰਾ ਸਾਹਿਬ ਨੇ ਰੱਖ ਕੇ ਪੜ੍ਹਨਾ ਨਹੀਂ 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 ਅਸੀਂ ਗੁਰਬਾਣੀ ਦਾ ਸ਼ਬਦ ਪੜ੍ਹਨਾ ਹੈ ਕੁੱਤਾ ਮਾਤਾ ਕੀ ਆਸੀ ਇਹ ਸ਼ਬਦ ਜਨਮ ਦਿਨ ਤੇ ਸਾਰੇ ਆਪਾਂ ਪੜ੍ਹਿਆ ਕਰਾਂਗੇ ਉਹਦੇ ਨਾਲ ਗੁਰਬਾਣੀ ਦਾ ਸ਼ਬਦ ਪੜ੍ਹਾਂਗੇ ਸਾਡਾ ਭਲਾ ਹੋਏਗਾ ਔਰ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਭਗਵਾਨ ਰਾਮ ਚੰਦਰ ਜੀ ਸਤਿਗੁਰੂ ਨਾਨਕ ਦੇਵ ਜੀ ਸਾਰੇ ਬਖਸ਼ਿਸ਼ਾਂ ਕਰਨਗੇ ਕਿਉਂਕਿ ਕੁੱਤਾ ਮਾਤਾ ਕੀ ਆਸੀਸ ਕੀ ਹੈ ਕਿ ਤੈਨੂੰ ਨਿਮਤ ਨਿਮਤ ਜਗਦੀਸ਼ ਚੇਤਾ ਤੈਨੂੰ ਸਦਾ ਪਰਮਾਤਮਾ ਚੇਤਾ ਰਹੇ ਇਹ ਬੇਨਤੀਆਂ ਮੇਰੀਆਂ ਪ੍ਰਵਾਨ ਕਰੋ ਅਤੇ ਇਹ ਆਤਮ ਸਨਮਾਨ ਲਿਆਓ